ਸਤਿ ਸ਼੍ਰੀ ਅਕਾਲ ਜੀ। ਅੱਜ ਲੈ ਕੇ ਆਏ ਆਪਾਂ 5 ਜੁਲਾਈ ਦੀ ਸ਼ਿਫਟ 1 ਜਿਹੜੀ ਮੋਰਨਿੰਗ ਹੋਈ ਆ ਉਹਦੇ GK ਦੇ ਕੁਸ਼ਚਨ ਵਿਦ ਸੋਲਿਊਸ਼ਨ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਦੀ ਆ ਅਤੇ ਵੱਧੋ ਵੱਧ ਕੁਸ਼ਚਨ ਆਪਾਂ ਕਲੈਕਟ ਕਰਦੇ ਹਾਂ। ਤਾਂ ਸਟਾਰਟ ਕਰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗਾਂ ਦੀ ਵਰਤੋਂ ਕੀਤੀ ਗਈ? 31 ਰਾਗ। ਅਤੇ ਇਹ ਪੁੱਛ ਲੈਣ ਅਤੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਆਪਣੀ ਬਾਣੀ ਰਚੀ ਇਹ ਪੁੱਛਿਆ ਜਾਵੇ ਤਾਂ 19, ਠੀਕ ਹੈ ਜੀ, 19 ਰਾਗ। ਫੁੱਲ ਫੋਰਮ ਆਫ ICU ਕੰਪਿਊਟਰ ਦਾ ਕੁਸ਼ਚਨ ਆਇਆ ਹੋਇਆ ਸੀਗਾ, ਇੰਟਰਨੈਸ਼ਨਲ ਕੰਪੋਨੈਂਟਸ ਫੋਰ ਯੂਨੀਕੋਡ। 1991 ਵਿੱਚ ਪੰਜਾਬ ਦਾ ਕਿਹੜਾ ਵਿਭਾਗ ਬਣਿਆ ਸੀ? ਇਹਦਾ ਆਨਸਰ ਸੀਗਾ ਡਾਇਰੈਕਟੋਰੇਟ ਆਫ ਲੀਗਲ ਸਰਵਿਸਿਸ। ਅਗਲਾ ਕੁਸ਼ਚਨ ਸੀਗਾ, ਹੋਲੀ ਕਿਹੜੇ ਦੇਸੀ ਮਹੀਨੇ ਮਨਾਈ ਜਾਂਦੀ ਹੈ? ਇਹਦਾ ਆਨਸਰ ਸੀਗਾ ਫੱਗਣ। ਫਿਰ ਕੁਸ਼ਚਨ ਆਇਆ ਸੀ, ਮੇਰਕੋਟਲਾ ਜ਼ਿਲ੍ਹਾ ਕਿਸ ਤਰੀਕ ਨੂੰ ਬਣਿਆ? ਤਰੀਕ ਸੀਗੀ 2 ਜੂਨ 2021। ਕੀ ਪੁੱਛਿਆ ਜਾ ਸਕਦਾ ਹੋਰ ਇਹਦੇ ਬਾਰੇ? ਇਹ ਸੰਗਰੂਰ ਜ਼ਿਲ੍ਹੇ ਤੋਂ ਬਣਿਆ ਹੈ। ਮੇਰਕੋਟਲੇ ਜ਼ਿਲ੍ਹੇ ਦੇ ਵਿੱਚ 3 ਡਿਵੀਜ਼ਨਾਂ ਨੇ, ਮੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ। ਕੌਣ ਮੁੱਖ ਮੰਤਰੀ ਸੀਗਾ ਜਦੋਂ ਮੇਰਕੋਟਲਾ ਜ਼ਿਲ੍ਹਾ ਬਣਿਆ? ਕੈਪਟਨ ਅਮਰਿੰਦਰ ਸਿੰਘ, ਮਤਲਬ ਉਹਨਾਂ ਨੇ ਇਹਨੂੰ ਮਤਲਬ ਅਨਾਊਂਸ ਕਰਤਾ ਸੀਗਾ ਮੇਰਕੋਟਲੇ ਨੂੰ ਜ਼ਿਲ੍ਹਾ ਬਣਾਉਣਾ, ਠੀਕ ਹੈ ਜੀ। ਫਿਰ ਆ ਗਿਆ ਆਰਟੀਕਲ 2021 ਕਾਹਦੇ ਨਾਲ ਡੀਲ ਕਰਦਾ ਹੈ? ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਅਗਲਾ ਸੀਗਾ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਕਿੱਥੇ ਹੈ? ਬਠਿੰਡਾ। EPI ਇੰਡੈਕਸ ਇਹ ਕੀ ਹੁੰਦਾ? ਦਾ ਇਨਵਾਇਰਮੈਂਟ ਪਰਫੋਰਮੈਂਸ ਇੰਡੈਕਸ ਹੁੰਦਾ ਇਹ। ਇਹਦੇ ਵਿੱਚ ਪਹਿਲਾ ਸਥਾਨ ਕਿਹੜੇ ਦੇਸ਼ ਦਾ ਹੈ? ਡੈਨਮਾਰਕ, ਠੀਕ ਹੈ ਜੀ। ਫਿਰ ਕੁਸ਼ਚਨ ਆਇਆ ਸੀਗਾ, ਭਾਰਤ ਦਾ ਰਾਸ਼ਟਰਪਤੀ ਹੋਵੇਗਾ ਇਹ ਕਿਸ ਆਰਟੀਕਲ ਵਿੱਚ ਲਿਖਿਆ ਗਿਆ ਹੈ? ਆਰਟੀਕਲ 52। ਫਿਰ ਸੀਗਾ, 14 ਤੋਂ ਲੈ ਕੇ 18 ਆਰਟੀਕਲ ਕਿਹੜੇ ਫੰਡਾਮੈਂਟਲ ਰਾਈਟ ਦੇ ਅਧੀਨ ਆਉਂਦੇ ਨੇ? ਇਹ ਸੀਗਾ ਰਾਈਟ ਟੂ ਇਕੁਐਲਿਟੀ। ਫਿਰ ਸੀਗਾ, ਆਪਸ਼ਨਾਂ ਦਿੱਤੀਆਂ ਹੋਈਆਂ ਸੀ ਕਿਹੜਾ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਲਵੇ ਦਾ ਜ਼ਿਲ੍ਹਾ ਨਹੀਂ ਹੈ? ਤਾਂ ਆਪਾਂ ਲੈ ਕੇ ਆਏ ਤੁਹਾਡੇ ਲਈ, ਮਾਲਵੇ ਟੋਟਲ ਪੰਜਾਬ ਦੇ 23 ਜ਼ਿਲ੍ਹੇ ਨੇ, ਜਿਹਦੇ ਵਿੱਚੋਂ 15 ਜ਼ਿਲ੍ਹੇ ਮਾਲਵੇ ਦੇ ਨੇ, 4 ਮਾਝੇ ਦੇ ਅਤੇ 4 ਦੁਆਬੇ ਦੇ। ਅਤੇ ਜੇ ਕਿਤੇ ਤੁਹਾਨੂੰ ਪੁਆਧ ਦੇ ਜ਼ਿਲ੍ਹੇ ਪੁੱਛ ਲੈਣ ਤਾਂ ਪੁਆਧ ਦੇ ਜ਼ਿਲ੍ਹੇ 3 ਨੇ, SAS ਮੋਹਾਲੀ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ। ਅਤੇ ਇਹ ਪੁਆਧ 'ਚ ਆਉਂਦੇ ਨੇ, ਉੱਦਾਂ ਨਾਲ ਮਾਲਵੇ 'ਚ ਵੀ ਆਉਂਦੇ ਨੇ। ਜੇ ਇਕੱਲਾ ਪੁਆਧ 'ਚ ਪੁੱਛ ਲਵੇ ਤਾਂ 3 ਜ਼ਿਲ੍ਹੇ ਨੇ ਇਹ, ਇਨ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਪੁਆਧ ਦਾ ਜ਼ਿਲ੍ਹਾ ਨਹੀਂ ਹੈ ਤਾਂ ਪੁੱਛਿਆ ਜਾ ਸਕਦਾ ਹੈ। ਮੈਂ ਤਾਂ ਸਾਰਾ ਇਕੱਠਾ ਤੁਹਾਨੂੰ ਡਾਟਾ ਦਿੱਤਾ ਇਹ। ਫਿਰ ਸੀਗਾ, ਹੈੱਡਕੁਆਟਰ SGPC ਦਾ ਕਿੱਥੇ ਹੈ? ਅੰਮ੍ਰਿਤਸਰ। ਆਰਟੀਕਲ 140 ਕਾਹਨੂੰ ਡੀਲ ਕਰਦਾ ਹੈ? ਪਾਵਰਸ ਆਫ ਸੁਪਰੀਮ ਕੋਰਟ ਨੂੰ ਡੀਲ ਕਰਦਾ ਹੈ। ਫਿਰ ਇੱਕ ਆਇਆ ਸੀਗਾ, ਈਮੇਲ ਦੇ ਯੂਜ਼ ਕੀ ਨੇ? ਫਿਰ ਇੱਕ ਆਇਆ ਸੀਗਾ, ਕਿਹੜਾ ਜ਼ਿਲ੍ਹਾ ਹੈ ਜਿਹਦੀ ਸਭ ਤੋਂ ਵੱਧ ਪਾਪੂਲੇਸ਼ਨ ਹੈ? ਲੁਧਿਆਣਾ। ਇਹਦੇ ਨਾਲ ਅੱਜ ਦਾ ਇਹ ਕੰਮ ਕੰਪਲੀਟ। ਦੂਜੀ ਸ਼ਿਫਟ ਵੀ ਲੈ ਕੇ ਆਵਾਂਗੇ। ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ, ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਧੰਨਵਾਦ।